ਇਸ ਫਿਲਮ ਨੂੰ ਜਦੋਂ ਤੁਸੀਂ ਸਾਈਨ ਕੀਤਾ ਤਾਂ ਉਹਦਾ ਰੀਜ਼ਨ ਪਹਿਲਾਂ ਮਤਲਬ ਪਹਿਲਾਂ ਸਕ੍ਰਿਪਟ ਆਈ ਸੀ ਜਾਂ ਪਹਿਲਾਂ ਯਾਰੀ ਦੋਸਤੀ ਕਰਕੇ ਹਾਂ ਨਹੀਂ ਮੇਰਾ ਸਾਡੀ ਯਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਓਕੇ ਇਹ ਵੀ ਸਾਡਾ ਹੀ ਹੈ ਵੀ ਕਦੇ-ਕਦੇ ਇਹ ਮੈਨੂੰ ਸ਼ਿਕਵਾ ਕਰਦਾ ਰਹਿੰਦਾ ਪਰ ਮੇਰੇ ਤੋਂ ਛੋਟਾ ਹੈ ਫਿਰ ਮੈਂ ਅ ਮੇਤਰਤਾ ਤਾਂ ਹੁੰਦੀ ਹੈ ਦੇਖੋ ਤੇ ਸਿਨੇਮਾ ਨੂੰ ਜੁੜਦਾ ਇੱਕ ਹੋਰ ਸਵਾਲ ਸੀ ਮੇਰਾ ਕਿ ਤੁਸੀਂ ਜਦੋਂ ਦੇਖੋ ਪੰਜਾਬੀ ਸਿਨੇਮਾ ਨੂੰ ਤਾਂ ਬਹੁਤ ਸਾਰੇ ਜਿਹੜੇ ਏ ਲਿਸਟ ਐਕਟਰਸ ਹੈ ਉਹ ਇਕੱਠੇ ਇਕੱਠੇ ਨਹੀਂ ਆਉਂਦੇ ਕਿਸੇ ਦੀ ਗੱਲ ਨਾ ਕਰੋ ਫਿਰ ਚੰਗਾ ਨਹੀਂ ਲੱਗਦਾ ਮੈਂ ਤਾਂ ਬੋਲਦੇ ਨਹੀਂ ਮੈਂ ਤਾਂ ਜੇ ਕਦੇ-ਕਦੇ ਬੋਲਦਾ ਫਿਰ ਉਦੋਂ ਹੀ ਹਰ ਗੱਲ ਦੀ ਕੰਟਰੋਲ ਮੇਰੇ ਤੋਂ ਸਾਰੇ ਛੋਟੇ ਐ ਨੌਜਵਾਨ ਨਹੀਂ ਬਟ ਮੇਰਾ ਸਿੰਪਲ ਸਵਾਲ ਆ ਸੀ ਕਿ ਕੋਲਾਬੋਰੇਸ਼ਨ ਐਜ਼ਨ ਕਿ ਐਕਟਰਸ ਦੀ ਵਿੱਚ ਜ਼ੋਰ ਹੋਣੀ ਚਾਹੀਦੀ ਹੈ ਜੀ ਪਾਣੀ ਜੀ ਸੁਣ ਮੈਂ ਤੁਹਾਨੂੰ ਅ ਅਸੀ ਤਾਂ ਜਦੋਂ ਕੈਰੀਅਰ ਸ਼ੁਰੂ ਕੀਤਾ ਉਦੋਂ ਹੀ ਬੰਬੇ ਫਿਲਮ ਬਣਾਉਣ ਵਾਗੇ ਸੀ ਉਸ ਉਸ ਇੰਡਸਟਰੀ ਨਾਲ ਸਾਡਾ ਇਸ ਕਰਕੇ ਬਹੁਤ ਹੀ ਬੜੀ ਨਹੀਂ ਕਿਉਂਕਿ ਜਿਹੜੀ ਐਸੀ ਫਿਲਮ ਬਣਾਈ ਸੀ ਨਾ ਉਹ ਉਹ ਅਸਲੀ ਸਰਦਾਰਾਂ ਦੀ ਕਹਾਣੀ ਸੀ ਜਿਹੜੇ ਅੜਦੇ ਆ ਲੜਦੇ ਆ ਤੇ ਖੜਦੇ ਆ ਔਰ ਜਿਹੜੇ ਸਦੀਆਂ ਤੋਂ ਖੜਦੇ ਆ ਸੋ ਇਸ ਕਰਕੇ ਤੁਸੀਂ ਦੱਸੋ ਕੀ ਦੇਣਾ ਕਰਨੀ ਮੈਂ ਤਾਂ ਰੈਡੀ ਹਾਂ ਚ ਸਾਰੇ ਗਾਣ ਵਾਲੇ ਇਕੱਠੇ ਕਰ ਲਓ ਮੈਂ ਤਾਂ ਵਿਲਨ ਦਾ ਰੋਲ ਕਰਨ ਨੂੰ ਤਿਆਰ ਹਾਂ ਤੁਸੀਂ ਜੋ ਮਰਜ਼ੀ ਦੇ ਦਿਓ ਬਣਾ ਰਹੇ ਹੋ ਤੁਸੀਂ ਆਪਾਂ ਸਾਰੇ মিডিਆ ਵਾਲੇ ਥੋੜੇ ਥੋੜੇ ਇਕੱਠੇ ਕਰਕੇ ਇੱਕ ਫਿਲਮ ਬਣਾ ਲਵਾਂ ਨੇ ਕਿਉਂਕਿ ਦੇਖੋ মিডিਆ ਵਾਲੇ ਕੋਣ ਗੋਣਿਆਂ ਨੇ ਆਉਂਦਾ ਤੁਸੀਂ ਸ਼ਰਤ ਰੱਖ ਦੋ ਸਾਰੇ ਪ੍ਰੈਸ ਰਿਪੋਰਟਰ ਵੀ ਦੇਖੋ ਸ਼ਰਤ ਇਹ ਕਹੇ ਵੀ ਪ੍ਰੈਸ ਵਾਲਿਆਂ ਨੇ ਫਿਲਮ ਬਣਾਉਣੀ ਹੈ ਤੇ ਜੇ ਨਹੀਂ ਕਰੋਗੇ ਫਿਰ ਅਸੀਂ ਵਾਈ ਕੱਟ ਕਰਾਂਗੇ ਆਮ ਰੈਡੀ ਐਨੀ ਟਾਈਮ